ਹਾਂਜੀ ਦੋਸਤੋ, ਅੱਜ ਮੈਂ ਬਣਾਉਣ ਲੱਗਾ ਬਚਪਨ ਦੀ ਮੇਰੀ ਫੇਵਰੇਟ ਡਿਸ਼ ਆ, ਨਾਰੀਅਲ ਦੇ ਲੱਡੂ। ਹੋਰਾਂ ਕਈਆਂ ਹੋਰਾਂ ਦੀ ਵੀ ਹੋਈਗੀ ਫੇਵਰੇਟ, ਬਚਪਨ 'ਚ ਇਹੀ ਮਿਲਦੇ ਹੁੰਦੇ ਜੀ ਦੁਕਾਨਾਂ ਤੋਂ। ਅਤੇ ਅੱਜ ਜੀ ਬਣਾਉਣ ਲੱਗਾ, ਪੈਨ 'ਚ ਤੁਸੀਂ ਲੈਣੇ ਆ ਜੀ 3 ਟੇਬਲ ਸਪੂਨ ਘਰ ਦਾ ਘਿਓ, ਅਤੇ ਨਾਲ ਜੀ ਜਦੋਂ ਘਿਓ ਗਰਮ ਹੋ ਜਾਵੇ ਅਤੇ ਨਾਰੀਅਲ ਦਾ ਬਰਾਦਾ ਪਾ ਲਿਓ, ਇਹ ਬਾਜ਼ਾਰੋਂ ਮਿਲ ਜਾਂਦਾ ਜੀ। ਇੱਥੇ ਮੈਂ ਬਰਾਦਾ ਯੂਜ਼ ਕੀਤਾ ਜੀ 250 ਗ੍ਰਾਮ, ਅਤੇ ਇਹਨੂੰ ਚੰਗੀ ਤਰ੍ਹਾਂ ਤੁਸੀਂ ਭੁੰਨ ਲਿਓ ਜਦ ਤੱਕ ਇਹਦਾ ਕਲਰ ਚੇਂਜ ਨਾ ਹੋ ਜਾਵੇ। ਔਰ ਇੱਕ ਚੀਜ਼ ਜ਼ਰੂਰ ਧਿਆਨ ਰੱਖਿਓ ਕਿ ਅਸੀਂ ਆਪਣੇ ਜਿਹੜਾ ਗੈਸ ਦਾ ਫਲੇਮ ਆ ਉਹ ਸਲੋਅ ਰੱਖਣਾ ਵਾ, ਨਹੀਂ ਤਾਂ ਨਾਰੀਅਲ ਦਾ ਬਰਾਦਾ ਆਪਣਾ ਸੜ ਜਾਣਾ ਵਾ ਜੀ। ਅਤੇ ਇਸ ਤੋਂ ਬਾਅਦ ਜਦੋਂ ਜੀ ਕਲਰ ਚੇਂਜ ਹੋ ਜਾਵੇ ਤਾਂ ਕੰਡੈਂਸ ਮਿਲਕ ਮਾ ਦਿਓ, ਮਿਲਕ ਮੇਡ ਮਿਲ ਜਾਂਦਾ ਬਜ਼ਾਰੀ ਮਿਲਕ ਜਿਹੜਾ ਹੁੰਦਾ ਮਿੱਠਾ, ਇਹ ਪਾ ਦਿਓ ਜੀ, ਇਹ 1 ਕੱਪ ਪਾ ਦਿਓ। ਅਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਜੀ ਆਪਾਂ। ਔਰ ਬਹੁਤ ਹੀ ਈਜ਼ੀ ਡਿਸ਼ ਹੈ ਜੀ, ਇਹ ਕੋਈ ਵੀ ਬਣਾ ਸਕਦਾ ਵਾ ਘਰ, ਕੋਈ ਕੁਛ ਨਹੀਂ ਕਰਨਾ। ਅਤੇ ਜਦੋਂ ਜੀ ਤੁਸੀਂ ਮਿਕਸ ਕਰ ਲਓਗੇ ਤਾਂ ਇਹਦੇ ਵਿੱਚ ਆਪਾਂ ਥੋੜ੍ਹਾ ਥੋੜ੍ਹਾ ਦੁੱਧ ਪਾ ਕੇ, ਮਿਲਕ ਪਾ ਕੇ ਇਹਨੂੰ ਆਪਸ ਦੇ ਵਿੱਚ ਜਿੱਦਾਂ ਇੱਕ ਬੈਟਰ ਜਿਹਾ ਬਣਾਉਣਾ ਵਾ, ਗੁੰਨ ਲੈਣਾ ਵਾ ਮਿਕਸ ਕਰ ਕਰਕੇ, ਉਹ ਤੁਹਾਨੂੰ ਅੱਗੇ ਨਜ਼ਰ ਆਜੂਗਾ ਜੀ ਵੀਡੀਓ 'ਚ। ਆਹ ਦੇਖੋ, ਇਹਦੇ ਨਾਲ ਕੀ ਇੱਦਾਂ ਦਾ ਬਣਾ ਦੇਣਾ ਵਾ ਕਿ ਸਾਡੇ ਹੱਥਾਂ ਨਾਲ ਲੱਡੂ ਬਣ ਜਾਣ। ਆਹ ਦੇਖੋ ਜੀ, ਇਹ ਮਿਕਸ ਕਰੀ ਚੱਲਿਓ ਅਤੇ ਨੇ ਇਹ ਸਾਰਾ ਨਾਰੀਅਲ ਪਾਣੀ ਨੇ ਆਪਸ 'ਚ ਚਿਪਕ ਜਾਣਾ ਵਾ। ਆਹ ਦੇਖੋ ਜੀ, ਅਤੇ ਇਹਨੂੰ ਰੂਮ ਟੈਂਪਰੇਚਰ ਦੇ ਹਿਸਾਬ ਨਾਲ ਠੰਡਾ ਕਰਨ ਵਾਸਤੇ ਰੱਖ ਲਿਓ, ਕਿ ਥਾਲੀ 'ਚ ਪਾ ਕੇ ਥਾਲ 'ਚ ਪਾ ਕੇ। ਅਤੇ ਹੁਣ ਇਸ ਤੋਂ ਬਾਅਦ ਜੀ ਆਪਾਂ ਬਣਾਉਣੇ ਆ ਲੱਡੂ। ਇਹਦੇ ਲੱਡੂ ਤੁਸੀਂ ਕੋਈ ਵੀ ਸ਼ੇਪ ਦੇ ਸਕਦੇ ਹੋ ਜੀ ਇਹਨੂੰ, ਮੈਨੂੰ ਤਾਂ ਗੋਲ ਚੰਗੇ ਲੱਗਦੇ ਆ। ਇਹਨੂੰ ਤੁਸੀਂ ਜਿੱਦਾਂ ਮੈਂ ਥਾਲੀ ਦੇ ਵਿੱਚ ਪਾਈ ਹੈ, ਇਹਨੂੰ ਤੁਸੀਂ ਬਰਫੀ ਵਾਂਗੂ ਵੀ ਕੱਟ ਸਕਦੇ ਹੋ, ਇਹ ਤੁਹਾਡੇ ਉੱਤੇ ਹੈ। ਮਗਰ ਮੈਨੂੰ ਇਹ ਬਚਪਨ ਦੀ ਬੜੀ ਪੁਰਾਣੀ ਡਿਸ਼ ਆ ਜੀ, ਪਹਿਲੇ ਦੁਕਾਨਾਂ 'ਤੇ ਵੀ ਮਿਲ ਜਾਂਦੇ ਹੁੰਦੇ ਸੀਗੇ, ਹੁਣ ਦਾ ਤਾਂ ਮੈਨੂੰ ਪਤਾ ਨਹੀਂ। ਅਤੇ ਇਹ ਬਹੁਤ ਖਾਧੇ ਆ ਜੀ ਨਾਰੀਅਲ ਦੇ ਲੱਡੂ, ਸ਼ਹਿਰਾਂ 'ਚ ਵੀ ਮਿਲ ਜਾਂਦੇ, ਪਿੰਡਾਂ 'ਚ ਖੈਰ ਜ਼ਿਆਦਾ ਮਿਲ ਜਾਂਦੇ ਸੀਗੇ, ਸ਼ਹਿਰਾਂ 'ਚ ਵੀ ਮਿਲ ਜਾਂਦੇ ਸੀਗੇ। ਅਤੇ ਇਸ ਤੋਂ ਬਾਅਦ ਜੀ ਜਦੋਂ ਲੱਡੂ ਆਪਣੇ ਤਿਆਰ ਹੋ ਜਾਣ ਤਾਂ ਇਹਨੂੰ ਨਾਰੀਅਲ ਦੇ ਬਰਾਦੇ ਦੇ ਵਿੱਚ ਅਸੀਂ ਕੋਟ ਕਰ ਲੈਣਾ ਜੀ। ਆਹ ਦੇਖੋ, ਔਰ ਇਹ ਬਹੁਤ ਹੀ ਈਜ਼ੀ ਡਿਸ਼ ਆ ਜੀ, ਇਹਦੇ ਵਿੱਚ ਨਾ ਕੋਈ ਜ਼ਿਆਦਾ ਸਾਡਾ ਦਿਮਾਗ ਲੱਗਣਾ ਵਾ, ਨਾ ਕੁਛ, ਨਾ ਗੈਸ ਲੱਗਣੀ ਜ਼ਿਆਦਾ, ਸਿੰਪਲ ਜੀ ਡਿਸ਼ ਆ ਜੀ ਇਹ। ਔਰ ਸਵਾਦ ਵੀ ਬਹੁਤ ਲੱਗਦੀ ਇਹਦੀ ਖਾਣ ਨੂੰ। ਔਰ ਪਲੀਜ਼ ਜੇ ਤੁਹਾਨੂੰ ਪਸੰਦ ਆਈ ਹੋਏ ਤਾਂ ਮੇਰੇ ਚੈਨਲ ਨੂੰ ਲਾਈਕ ਕਰੋ, ਸ਼ੇਅਰ ਕਰੋ, ਸਬਸਕ੍ਰਾਈਬ ਕਰੋ। ਅਤੇ ਪਲੀਜ਼ ਦੋਸਤੋ, ਮੈਂ ਹਰ ਵਾਰੀ ਕਹਿੰਦਾ ਕਿ ਮੈਨੂੰ ਤੁਹਾਡੀ ਸਪੋਰਟ ਦੀ ਲੋੜ ਹੈ ਜੀ, ਮੈਨੂੰ ਸਪੋਰਟ ਕਰੋ। ਤੁਹਾਡਾ ਛੋਟਾ ਭਾਈ ਲਾ ਲਓ, ਵੱਡਾ ਭਾਈ ਲਾ ਲਓ, ਆਪਣਾ ਬੱਚਾ ਲਾ ਲਓ, ਜਿੱਦਾਂ ਵੀ ਲਾ ਲਓ, ਪਲੀਜ਼ ਮੈਨੂੰ ਸਪੋਰਟ ਦੀ ਲੋੜ ਹੈ ਜੀ, ਸਪੋਰਟ ਕਰੋ। ਅਤੇ ਆਹ ਦੇਖੋ ਜੀ, ਇਹ ਹੋ ਗਏ ਆਪਣੇ ਲੱਡੂ ਤਿਆਰ, ਸੋਫਟ, ਕਿੰਨੇ ਸੋਫਟ ਆ ਤੁਹਾਨੂੰ ਵੀਡੀਓ 'ਚ ਨਜ਼ਰ ਆਉਣਗੇ। ਅਤੇ ਪਲੀਜ਼ ਇਹ ਜ਼ਰੂਰ ਟਰਾਈ ਕਰੋ ਆਪਣੇ ਘਰ 'ਚ। ਓਕੇ ਦੋਸਤੋ, ਇੰਜੋਏ ਕਰੋ ਜੀ ਵੀਡੀਓ ਨੂੰ।